ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਔਰਬਿਟ ਬੱਸ ਕਾਂਡ ਵਿੱਚ ਜ਼ਖਮੀ ਹੋਈ ਮ੍ਰਿਤਕਾ ਅਰਸ਼ਦੀਪ ਕੌਰ ਦੀ ਮਾਂ ਨਾਲ ਮੁਲਾਕਾਤ ਕਰਨ ਦੇ ਲਈ ਗੁਪਤ ਤਰੀਕੇ ਨਾਲ ਮੋਗਾ ਪਹੁੰਚੇ। ਸੁਖਬੀਰ ਸਿੰਘ ਬਾਦਲ ਦੀ ਇਹ ਫੇਰੀ ਇੰਨੀ ਗੁਪਤ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਵੀ ਇਸ ਸੰਬੰਧੀ ਕੋਈ ਸੂਚਨਾ ਨਹੀਂ ਸੀ। ਉਪ ਮੁੱਖਮੰਤਰੀ ਜਿਸ ਸਮੇਂ ਹਸਪਤਾਲ ਪਹੁੰਚੇ ਉਸ ਸਮੇਂ ਪੀੜਤ ਸ਼ਿੰਦਰ ਕੌਰ ਨਹਾ ਰਹੀ ਸੀ। ਉਪ ਮੁੱਖਮੰਤਰੀ ਨੇ ਉਸ ਦੇ ਪਤੀ ਸੁਖਦੇਵ ਸਿੰਘ ਨਾਲ ਕਰੀਬ 1 ਮਿੰਟ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਇਸ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ। ਉਹ ਕਰੀਬ 2.5 ਮਿੰਟਾਂ ਦੇ ਲਈ ਹਸਪਤਾਲ ਵਿੱਚ ਰੁਕੇ। ਸੁਖਬੀਰ ਸਿੰਘ ਬਾਦਲ ਦੀ ਫੇਰੀ ਦੀ ਸੂਚਨਾ ਮਿਲਦਿਆਂ ਹੀ ਹਸਪਤਾਲ ਪਹੁੰਚੇ। ਮੀਡੀਆ ਨਾਲ ਵੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਉਹ ਹਸਪਤਾਲ ਵਿੱਚ ਨਿਕਲੇ ਅਤੇ ਸਿੱਧਾ ਗੱਡੀ ਦੇ ਵਿੱਚ ਬੈਠ ਕੇ ਆਪਣੇ ਅਗਲੇ ਸਫ਼ਰ ਲਈ ਰਵਾਨਾ ਹੋ ਗਏ। ਇਸ ਮੌਕੇ ਉਹਨਾਂ ਦੇ ਨਾਲ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵੀ ਹਾਜ਼ਰ ਸਨ। ਇਹ ਤਾਂ ਨਾ ਫੜਦੇ ਨਾ ਪਰਚਾ ਨਾ ਕਰਦੇ ਫਿਰ ਤਾਂ ਕਿਤੇ ਇਮੀਡੀਏਟਲੀ 1 ਮਿੰਟ ਇਮੀਡੀਏਟਲੀ 302 ਦਾ ਪਰਚਾ ਅਰੈਸਟ ਕਰਕੇ ਬੰਦੇ ਅੰਦਰ ਹੈ ਚਲਾਣ ਵੀਲ ਵੀ ਪੇਸ਼ ਕਰਨਗੇ ਵਟ ਐਸ ਵੀ ਇਹਦੇ ਵਿੱਚ ਤੁਹਾਨੂੰ ਕਨਫਲਿਕਟ ਆਫ ਇੰਟਰਸਟ ਵੀ ਨਜ਼ਰ ਆਉਂਦਾ ਹੈ। ਮੇਰੀ ਗੱਲ ਦੱਸੋ 1 ਮਿੰਟ ਤੁਸੀਂ ਕਿਹੜੇ ਫਾਰਮ ਤੁਹਾਡੇ ਤੁਸੀਂ ਐਕਸੀਡੈਂਟ ਤੁਹਾਡਾ ਜਾਂਦਾ ਐਕਸੀਡੈਂਟ ਹੋ ਜੇ ਮੈਂ ਤੁਹਾਡੇ ਐਡਰ ਨੂੰ ਫੜ ਲਾਂ ਦੱਸੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੈਂ ਤੁਹਾਨੂੰ ਕਈ ਵਾਰ ਮੀਡੀਆ ਦਾ ਕਿਸੇ ਨਾ ਕਿਸੇ ਐਕਸੀਡੈਂਟ ਹੋ ਜਾਂਦਾ ਕਿਸੇ ਵਧੀਆ ਕੋਈ 60 ਵਧੀਆ ਕੀ ਅਸੀਂ ਮੈਂ 1 ਮਿੰਟ ਤੁਹਾਡਾ ਡਰਾਈਵਰ ਤੁਹਾਡਾ ਪਰਸਨਲ ਡਰਾਈਵਰ ਬਾਜ਼ਾਰ ਗਿਆ ਕੋਈ ਉਹਦਾ ਐਕਸੀਡੈਂਟ ਹੋ ਜਾਏ ਪਰਚਾ ਤੁਹਾਡੇ 'ਤੇ ਕਰਾਂ ਸੋ ਫਰ ਮੈਮ ਦੇਰ ਇਜ਼ ਅ ਲਾਅ ਆਫ ਲੈਂਡ ਨਾਈਦਰ ਆਈ ਕੈਨ ਚੇਂਜ ਦ ਲਾਅ ਨਾਈਦਰ ਯੂ ਕੈਨ ਚੇਂਜ ਦ ਲਾਅ ਨੋ ਐਨੀਬਡੀ ਕੈਨ ਚੇਂਜ ਆਈ ਜਸਟ ਵਾਂਟ ਟੂ ਆਸਕ ਯੂ ਵਨ ਕੁਐਸਚਨ ਆਈ 1 ਮਿੰਟ ਸੀਪੀਆਰ ਪ੍ਰੋਫ ਇੱਕ ਮਾਮੂਲ ਟੂ ਆਸਕ ਯੂ ਕੁਐਸਚਨ ਦੇਰ ਇਜ਼ ਅ ਇੰਸੀਡੈਂਟ ਵਿਚ ਹੈਪਨਡ ਯੈਸਟਰਡੇ ਅਨਫੋਰਚੂਨੇਟ ਯੈਸਟਰਡੇ ਅਨਦਰ ਬੱਸ ਵਾਈ ਹੈਵ ਯੂ ਮੇਡ ਇਟ ਅ ਇਸ਼ੂ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।